ਨੇਤਰਹੀਨ ਹੋਣ ਦੇ ਬਾਵਜੂਦ ਵੀ ਇਸ ਮੁੰਡੇ ਨੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ, ਜਿਸ ਨੂੰ ਰਾਸ਼ਟਰਪਤੀ ਹਾਊਸ ਤੋਂ ਵੀ ਡਿਨਰ ਦਾ ਸੱਦਾ ਮਿਲਿਆ ਤੇ ਰਾਸ਼ਟਰਪਤੀ ਦੇ ਹਾਊਸ 'ਚ ਜਾ ਕੇ ਇਸ ਮੁੰਡੇ ਨੇ ਡਿਨਰ ਵੀ ਕੀਤਾ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਆਖਿਰ ਬਿਨਾਂ ਅੱਖਾਂ ਤੋਂ ਹੀ ਇਸ ਸ਼ਖਸ ਨੇ ਅਜਿਹਾ ਕੀ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਤੱਕ ਨੇ ਉਸ ਨੂੰ ਆਪਣੇ ਘਰ 'ਚ ਬੁਲਾਇਆ। ਤੇ ਤੁਹਾਨੂੰ ਦੱਸ ਦਈਏ ਕਿ ਇਸ ਲੜਕੇ ਦਾ ਨਾਮ ਦਾਨਿਸ਼ ਮਹਾਜਨ ਹੈ, ਜਿਸ ਨੂੰ 14 ਸਾਲ ਦੀ ਉਮਰ ਦੇ ਵਿੱਚ ਦਿਖਣਾ ਬੰਦ ਹੋ ਗਿਆ ਸੀ, ਪਰ ਫਿਰ ਵੀ ਇਸਨੇ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ ਅਤੇ ਹਰ ਕੰਮ ਨੂੰ ਆਸਾਨ ਬਣਾਉਣ ਦੇ ਲਈ ਕੜੀ ਮਿਹਨਤ ਕੀਤੀ। ਪੜ੍ਹ ਲਿਖ ਕੇ ਪੰਜਾਬ ਸਰਕਾਰ ਦੇ ਅਦਾਰੇ 'ਚ ਡਿਸੇਬਲ ਕੋਟੇ 'ਚ ਨੌਕਰੀ ਵੀ ਮਿਲੀ, ਜਿੱਥੇ ਬੜੀ ਮਿਹਨਤ ਨਾਲ ਆਪਣੀ ਜ਼ਿੰਮੇਦਾਰੀ ਵੀ ਨਿਭਾ ਰਿਹਾ ਹੈ ਤੇ ਨਾਲ ਨਾਲ ਲੋਕ ਭਲਾਈ ਦੇ ਕੰਮ ਵੀ ਕਰ ਰਿਹਾ ਹੈ। ਸਮਾਜ ਸੇਵੀ ਵੀ ਹੈ ਦਾਨਿਸ਼ ਮਹਾਜਨ, ਕਿਉਂਕਿ ਇਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਇੱਕ ਰੇਡੀਓ ਚੈਨਲ ਚਲਾਇਆ ਜਾ ਰਿਹਾ ਹੈ, ਜਿਸ ਰਾਹੀਂ ਇਹ ਆਪਣੇ ਵਰਗੇ ਹੋਰ ਬੱਚਿਆਂ ਦੀ ਮਦਦ ਕਰਦਾ ਹੈ। ਖੁਦ ਨੇਤਰਹੀਨ ਹੈ ਪਰ ਆਪਣੇ ਵਰਗੇ ਡਿਸੇਬਲ ਬੱਚਿਆਂ ਦੇ ਲਈ ਉਸਨੇ ਇੱਕ ਖਾਸ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਹੈ, ਜਿਸ ਦੇ ਨਾਲ ਉਹਨਾਂ ਨਾਲ ਗੱਲ ਕਰਦਾ ਹੈ, ਉਹਨਾਂ ਦੀ ਮੁਸ਼ਕਲ ਸੁਣਦਾ ਹੈ ਤੇ ਜਿੱਥੋਂ ਤੱਕ ਹੋ ਸਕੇ ਉਹਨਾਂ ਦੀ ਮਦਦ ਵੀ ਕਰਦਾ ਹੈ, ਤਾਂ ਜੋ ਉਹਨਾਂ ਨੂੰ ਵੀ ਹੌਸਲਾ ਮਿਲੇ ਤੇ ਉਹ ਵੀ ਜ਼ਿੰਦਗੀ 'ਚ ਅੱਗੇ ਵੱਧ ਸਕਣ। ਇਸੇ ਨੂੰ ਦੇਖਦਿਆਂ ਹੋਇਆਂ ਦਾਨਿਸ਼ ਨੂੰ ਰਾਸ਼ਟਰਪਤੀ ਹਾਊਸ ਤੋਂ ਡਿਨਰ ਦਾ ਸੱਦਾ ਵੀ ਆਇਆ ਹੈ। ਦੱਸ ਦਈਏ ਕਿ ਦਾਨਿਸ਼ ਮਹਾਜਨ ਪਠਾਨਕੋਟ ਦਾ ਰਹਿਣ ਵਾਲਾ ਹੈ ਅਤੇ ਪਠਾਨਕੋਟ ਦੇ ਨਾਲ ਨਾਲ ਇਸਨੇ ਪੰਜਾਬ ਦਾ ਵੀ ਮਾਣ ਵਧਾ ਦਿੱਤਾ ਹੈ। ਬਹੁਤ ਮਜ਼ਾ ਆਇਆ, ਸਰਪ੍ਰਾਈਜ਼ਿੰਗ ਹੀ ਮੇਰੇ ਲਈ, ਕਦੀ ਸੋਚਿਆ ਨਹੀਂ। ਹਰ ਕਿਸੇ ਦਾ ਸੁਪਨਾ ਹੁੰਦਾ ਕਿ ਅਸੀਂ ਪ੍ਰੈਜ਼ੀਡੈਂਟ ਹਾਊਸ ਜਾਈਏ, ਅਤੇ ਜਦੋਂ ਉਹ ਸੁਪਨਾ ਮੇਰਾ ਪੂਰਾ ਹੋ ਰਿਹਾ ਸੀ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਬਰਦਸਤ ਫੀਲਿੰਗ ਸੀ। ਦੇਖਿਆ ਕਿ ਜਿਹੜੇ ਕਿ ਡਿਸੇਬਲ ਬੱਚੇ ਨੇ, ਸਰਕਾਰਾਂ ਕਹਿੰਦੀਆਂ ਅਸੀਂ ਕਾਫ਼ੀ ਸਹੂਲਤਾਂ ਉਹਨਾਂ ਨੂੰ ਦਿੰਦੇ ਹਾਂ, ਕਿੰਨੀਆਂ ਸਹੂਲਤਾਂ ਮਿਲਦੀਆਂ ਤੇ? ਸਰਕਾਰ ਪੇਪਰ 'ਤੇ ਦਿੰਦੀ ਹੈ ਜੀ ਸਹੂਲਤਾਂ, ਗਰਾਊਂਡ 'ਤੇ ਤਾਂ ਦਿਖਦੀਆਂ ਨਹੀਂ। ਕਿੰਨੀ ਕੁ ਮਦਦ ਜਿਹੜੇ ਡਿਸੇਬਲ ਜਿਹੜੇ ਕਈ ਤੁਹਾਨੂੰ ਤੁਹਾਡੇ ਨਾਲ ਜੁੜੇ ਪਏ ਨੇ, ਜਿੱਦਾਂ ਤੁਸੀਂ ਉਡਾਨ ਜਿਹੜਾ ਆਪਣਾ ਰੇਡੀਓ ਸਟੇਸ਼ਨ ਚਲਾਉਂਦੇ ਹੋ ਉਹਦੇ ਥਰੂ ਜੁੜੇ ਪਏ ਹੈਗੇ ਨੇ, ਕਿੰਨੀ ਤੁਸੀਂ ਤੁਹਾਡੇ ਵੱਲੋਂ ਮਦਦ ਜਿਹੜੀ ਆ ਉਹਨਾਂ ਦੀ ਕੀਤੀ ਜਾਂਦੀ? ਦੇਖੀਏ ਜੀ, ਰਾਸ਼ਟਰਪਤੀ ਆਫਿਸ ਤੋਂ ਇਨਵੀਟੇਸ਼ਨ ਆਉਣਾ ਇਹ ਗਵਾਹੀ ਦਿੰਦੀ ਹੈ ਕਿ ਕਿਤੇ ਨਾ ਕਿਤੇ ਮੇਰੇ ਕੰਮ ਨੂੰ ਉਹਨਾਂ ਨੇ ਰੈਕੋਗਨਾਈਜ਼ ਕੀਤਾ। ਮੈਂ ਤਾਂ ਉਹਦੇ ਲਈ ਕੋਈ ਅਪਲਾਈ ਕੀਤਾ ਨਹੀਂ, ਅਤੇ ਔਰ ਸਭ ਤੋਂ ਜ਼ਿਆਦਾ ਖੁਸ਼ੀ ਇੱਕ ਐਕਟੀਵਿਸਟ ਨੂੰ ਉਦੋਂ ਹੁੰਦੀ ਹੈ ਜਦੋਂ ਉਹਦੀ ਐਫਰਟ ਨੂੰ ਕੋਈ ਰੈਕੋਗਨਾਈਜ਼ ਕਰਦਾ, ਜਦੋਂ ਤੁਹਾਡੀਆਂ ਐਫਰਟਸ ਨੂੰ ਪ੍ਰੈਜ਼ੀਡੈਂਟ ਹਾਊਸ ਤੱਕ ਰੈਕੋਗਨਾਈਜ਼ ਕੀਤਾ ਜਾਏ ਤਾਂ ਆਪਣੇ ਆਪ 'ਚ ਵੱਡੀ ਗੱਲ ਹੈ। ਅੱਜ ਤੱਕ ਆਪਾਂ ਪਿਛਲੇ ਲਗਭਗ 10-11 ਸਾਲਾਂ ਤੋਂ 50,000 ਤੋਂ ਜ਼ਿਆਦਾ ਡਿਸੇਬਲਡ ਬੱਚਿਆਂ ਨੂੰ ਇੰਡੀਆ ਅਤੇ ਇੰਡੀਆ ਤੋਂ ਬਾਹਰ ਮਦਦ ਕਰ ਚੁੱਕੇ। ਸਰਕਾਰ ਨੂੰ ਅਪੀਲ ਕੀ ਕਰੋਗੇ ਤੁਸੀਂ? ਸਰਕਾਰ ਨੂੰ ਮੈਂ ਇੱਕੋ ਅਪੀਲ ਕਰਨਾ ਚਾਹੁੰਦਾ ਕਿ ਡਿਸੇਬਲ ਦੀ ਪ੍ਰਗਤੀ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਉਹਨੂੰ ਪੋਲੀਟਿਕਸ 'ਚ ਇਨਕਲੂਡ ਨਹੀਂ ਕੀਤਾ ਗਿਆ। ਕਈ ਇਹੋ ਜਿਹੇ ਮੁੱਦੇ ਹੁੰਦੇ ਆ ਵਿਧਾਨ ਸਭਾ ਦੇ ਵਿੱਚ, ਕਿਉਂਕਿ ਹਰ ਕਿਸੇ ਨੂੰ ਡਿਸੇਬਿਲਟੀ ਦੀ ਸਮਝ ਨਹੀਂ ਹੈ ਅਤੇ ਉਹ ਅਸੀਂ ਆਪਣੇ ਮੁੱਦੇ ਨਹੀਂ ਚੁੱਕ ਪਾਉਂਦੇ। ਜਦੋਂ ਪੋਲਸੀ ਦੇ ਵਿੱਚ ਸਾਡੀ ਗੱਲਬਾਤ ਹੋਣੀ ਚਾਹੀਦੀ ਹੈ, ਸਾਨੂੰ ਇਨਕਲੂਡ ਕਰਨਾ ਚਾਹੀਦਾ, ਤਾਂ ਹੀ ਇੰਪਾਵਰਮੈਂਟ ਡਿਸੇਬਲ ਦੀ ਹੋ ਸਕਦੀ ਹੈ। ਕੀ ਨਾਮ ਹੈ ਜੀ ਤੁਹਾਡਾ? ਸੁਮਨ ਮਹਾਜਨ। ਸੁਮਨ ਜੀ, ਤੁਹਾਡਾ ਬੇਟਾ ਦੇਖਿਆ ਕਿ ਨੇਤਰਹੀਨ ਹੈ, ਲੇਕਿਨ ਅੱਖਾਂ ਜਿਨ੍ਹਾਂ ਦੀਆਂ ਹੁੰਦੀਆਂ ਉਸ ਤੋਂ ਵੱਧ ਜਿਹੜੇ ਕੰਮ ਕਰਦੇ ਪਏ ਨੇ, ਹੈ ਨਾ? ਹਾਂਜੀ। ਔਰ ਰਾਸ਼ਟਰਪਤੀ ਭਵਨ 15 ਅਗਸਤ ਨੂੰ ਇਹਨਾਂ ਨੂੰ ਡਿਨਰ 'ਤੇ ਵੀ ਬੁਲਾਇਆ ਗਿਆ। ਹਾਂਜੀ, ਕੀ ਕਹਿਣਾ ਚਾਹੋ? ਬਹੁਤ ਅੱਛਾ ਲੱਗਿਆ, ਬਹੁਤ ਪ੍ਰਾਊਡ ਲੱਗਿਆ। ਜਦ ਇਸਨੂੰ ਉਹਨਾਂ ਨੇ ਬੁਲਾਇਆ ਤਾਂ ਉਹ ਆਖਦੇ ਕਿ ਤੁਸੀਂ ਆਓ, ਸਾਰੇ ਲੋਕ ਬਹੁਤ ਖੁਸ਼ ਹੋਏ, ਸਾਡੇ ਘਰ ਆਏ, ਸਾਰੇ ਆਖਦੇ ਸਾਨੂੰ ਫੋਟੋ ਦਿਖਾਓ ਕਿ ਸਾਡੇ ਸ਼ਾਹਪੁਰ ਕੰਢੀ ਦਾ ਕੋਈ ਬੱਚਾ ਜਿਹਨੂੰ ਕਿ ਦਿਖਾਈ ਵੀ ਨਹੀਂ ਦਿੰਦਾ ਉਹ ਵੀ ਇੰਨੀ ਦੂਰ ਤੱਕ ਪਹੁੰਚ ਗਿਆ, ਮੋਦੀ ਜੀ ਨਾਲ ਮਿਲਿਆ, ਰਾਸ਼ਟਰਪਤੀ ਨਾਲ ਮਿਲਿਆ, ਸਾਰੇ ਬਹੁਤ ਖੁਸ਼ ਹੋਏ, ਸਾਡੇ ਘਰ ਆਏ, ਕੰਗ੍ਰੈਚੁਲੇਸ਼ਨ ਦੇਣ। ਪ੍ਰਾਊਡ ਹੋ ਗਿਆ ਕਿ ਜਦੋਂ ਬੱਚਾ ਨੇਤਰਹੀਣ ਹੋਏ ਤਾਂ ਸਾਰੇ ਕਹਿੰਦੇ ਵਿਚਾਰਾ ਕੀ ਕਰੇਗਾ
ਤਾਂ ਵੀ ਇਹਨੇ ਆਪਣਾ ਵਿਚਾਰਾਪਣ ਛੱਡ ਕੇ ਸਾਰੇ ਕੰਮ ਕੀਤੇ ਆ, ਸਾਰੇ ਗਾਂ ਪਿੰਡ ਦੇ ਲੋਕਾਂ ਦਾ ਵੀ ਕਰਦਾ, ਮੁੰਡਿਆਂ ਦਾ ਵੀ ਕਰਦਾ, ਇਸ ਕਰਕੇ ਸਾਨੂੰ ਅੱਛਾ ਲੱਗਿਆ ਜੀ। ਉਡਾਨ ਸਟੇਸ਼ਨ ਵੀ ਘਰੋਂ ਵੀ ਇਹ ਚਲਾਉਂਦੇ ਆ? ਹਾਂਜੀ ਹਾਂਜੀ, ਰੇਡੀਓ ਉਡਾਨ ਵੀ ਚਲਾਉਂਦੇ ਆ, ਔਰ ਕਈਆਂ ਨੇ ਨੌਕਰੀਆਂ ਵੀ ਦਵਾਈਆਂ, ਕਾਫੀ ਲੋਕੀ ਆਉਂਦੇ ਹੀ ਆ, ਕਈਆਂ ਦੀ ਮੈਰਿਜ ਵੀ ਕਰਵਾਈ ਸਭ ਦੀ, ਕਾਫੀ ਲੋਕਾਂ ਨੇ ਨੌਕਰੀਆਂ ਵੀ ਲਵਾਈਆਂ। ਔਰ ਸਾਡੇ ਪਠਾਨਕੋਟ ਕਈ ਇਹੋ ਜਿਹੇ ਬੱਚੇ ਹੈਗਾ ਜਿਹਨਾਂ ਵਿਚਾਰਿਆਂ ਨੂੰ ਕੁਛ ਪਤਾ ਹੀ ਨਹੀਂ ਸੀ, ਇਹ ਹੈ ਕਿ ਹੁਣ ਕਾਫੀ ਬੱਚੇ ਆਉਂਦੇ ਹੈਗੇ। ਔਰ ਉਹਨੂੰ ਇੱਕ ਕੁੜੀ ਉਹਨਾਂ ਨੇ ਪਠਾਨਕੋਟ ਦੀ ਨੌਕਰੀ ਕਰਦੀ ਵੀ ਇਸ ਵੇਲੇ। ਕਿਸ ਤਰ੍ਹਾਂ ਤੁਹਾਨੂੰ ਲੱਗਦਾ ਆਪਣੇ ਬੱਚੇ ਦੇ? ਅੱਛਾ ਲੱਗਦਾ, ਪ੍ਰਾਊਡ ਹੁੰਦਾ ਕਿ ਚਲੋ ਆਪਣਾ ਕਰ ਲੈਂਦਾ ਕੰਮ ਕਾਰ, ਸਾਡੇ ਦੇ ਅਧੀਨ ਨਹੀਂ ਹੈ, ਸਾਨੂੰ ਇਹੀ ਕਿ ਚਲੋ ਖੁਦ ਆਪਣਾ ਕੰਮ ਕਰ ਲਏ, ਅੱਛਾ ਲੱਗਦਾ ਕਿ ਆਪਣਾ ਆਪਣੇ ਸੰਭਾਲੇ ਦਾ, ਕਿ ਹੁਣ ਸਾਨੂੰ ਇਹ ਨਹੀਂ ਹੈ ਕਿ ਆਪਣਾ ਕੰਮ ਨਹੀਂ ਕਰ ਸਕਦਾ।